Hey channel, welcome to my guys. Hey, welcome channel to my guys. Hey guys, channel to my welcome. ਇੰਜਨ ਬ੍ਰੇਕ ਆਪਾਂ ਉਦੋਂ ਯੂਜ਼ ਕਰਦੇ ਆ ਜਦੋਂ ਆਪਾਂ ਹਿੱਲ ਤੋਂ ਥੱਲੇ ਉਤਰਨਾ ਹੁੰਦਾ ਹਨਾ। ਆਊਟ ਆਫ ਐਡਜਸਟਮੈਂਟ ਵੀ ਹੋ ਸਕਦੀਆਂ, ਹੋ ਹੀ ਜਾਣੀ ਹਾਂ, ਉਸ ਤੋਂ ਥੋੜੀ ਜ਼ਬਰਦਸਤ ਹੋ ਜੂਗੀ। ਜਿਹੜਾ ਲੈਵਲ 3 ਹੈ ਸਭ ਤੋਂ ਜ਼ਬਰਦਸਤ ਵਾਲਾ ਲੈਵਲ। ਕੋਈ ਪਾਰਕਿੰਗ ਦੇ ਵਿੱਚ ਖੜੇ ਟਰੱਕ ਨੂੰ ਹੀ ਭੰਨ ਗਿਆ ਜਾਂ ਟੇਪਾ ਟੂਪਾ ਲਾ ਕੇ ਜੋੜਿਆ। ਹਾਂਜੀ ਵੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਅੱਜ ਆਪਾਂ ਜਾਣਾ, ਆਪਾਂ ਕਰਨੀ ਅੱਜ ਤਿੰਨ ਪਿਕਅਪਾਂ ਕਰਨੀਆਂ ਅੱਜ ਆਪਾਂ, ਠੀਕ ਆ, ਅਲੱਗ ਅਲੱਗ ਜਗ੍ਹਾ ਦੇ ਉੱਤੇ ਸਿਟੀ ਦੇ ਵਿੱਚ ਆ। ਤੇ ਇੱਕ ਹੈਗੀ ਆਪਣੀ ਔਕਵਿਲੇ ਤੋਂ, ਇੱਕ ਹੈਗੀ ਆਪਣੀ ਈਟੋਬਿਕੋ ਤੋਂ, ਇੱਕ ਹੈਗੀ ਬੋਲਟਨ, ਜਿਹੜਾ ਕਿ ਲਾਗੇ ਲਾਗੇ ਪੈਂਦੀਆਂ ਸਾਰੀਆਂ, 40-40 ਮਿੰਟ ਦੇ ਰਸਤੇ ਤੇ ਪੈਂਦੀਆਂ। ਤੇ ਤਿੰਨ ਪਿਕਵਾਂ ਕਰਕੇ ਫਿਰ ਮੈਂ ਜਾਣਾ ਨਿਊ ਬ੍ਰੰਜ਼ਵਿਕ। ਤੇ ਇਸ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਮਾਹੌਲ ਚੱਲ ਦਿਖਾਉਂਦੇ ਜਾਵਾਂਗੇ। ਤੇ ਨਾਲੇ ਇੱਕ ਚੀਜ਼ ਹੋਰ ਦਿਖਾਉਣੀ ਸੀਗੀ ਕਿ ਮੈਨੂੰ ਇੱਕ ਕਮੈਂਟ ਆਇਆ ਸੀਗਾ ਇੰਜਨ ਬ੍ਰੇਕ ਦੇ ਉੱਤੇ, ਹਨਾ, ਡਿਟੇਲਡ ਵੀਡੀਓ ਬਣਾਓ ਸਾਰੀ। ਇੰਜਨ ਬ੍ਰੇਕ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਹਿੱਲ ਤੋਂ ਥੱਲੇ ਉਤਰਨਾ ਹੁੰਦਾ, ਹਨਾ, ਸਟੀਪ ਹਿੱਲ ਹੋਵੇ, ਜ਼ਿਆਦਾ ਹੋਵੇ, ਥੋੜੀ ਬਹੁਤ ਹੋਵੇ, ਚੱਲ ਜਾਂਦਾ। ਉਦੋਂ ਆਪਾਂ ਪੈਰ ਵਾਲੀ ਬ੍ਰੇਕ ਦੇ ਨਾਲ ਮੈਨੇਜ ਕਰ ਲੈਂਦੇ ਹਾਂ, ਨਾ ਸਪੀਡ ਆਪਾਂ ਉੱਤੇ ਸਲੋ ਕਰ ਲੈਂਦੇ ਹਾਂ ਜਦੋਂ ਆਪਾਂ ਹਿੱਲ ਤੋਂ ਥੱਲੇ ਉਤਰਨ, ਜਦੋਂ ਆਪਾਂ ਪੂਰੀ ਹਿੱਲ ਦੇ ਟੌਪ ਦੇ ਚੜ੍ਹਨ ਲੱਗਦੇ ਹਾਂ, ਹਨਾ। ਤੇ ਉਸ ਤੋਂ ਪਹਿਲਾਂ ਹੀ ਆਪਾਂ ਸਪੀਡ ਸਲੋ ਕਰ ਲੈਣੀ ਆ ਆਪਣੀ, ਤੇ ਫਿਰ ਆਪਾਂ ਈਜ਼ਲੀ, ਜੇ ਛੋਟੀ ਹਿੱਲ ਆਪਾਂ ਈਜ਼ਲੀ ਉਤਰ ਸਕਦੇ ਹਾਂ, ਉਹਦਾ ਕੋਈ ਚੱਕਰ ਨਹੀਂ, ਜ਼ਿਆਦਾ ਨਹੀਂ ਆਪਣੇ ਫਰਕ ਪੈਂਦਾ ਰੇਸ ਦੇ ਵਿੱਚ। ਬਟ ਜਿਹੜੀਆਂ ਜ਼ਿਆਦੀਆਂ ਹਿੱਲਾਂ, ਹਨਾ, ਲੰਬੀਆਂ ਹਿੱਲਾਂ ਵਾਂ, ਤੇ ਉਸ ਦੇ ਉੱਤੇ ਆਪਾਂ ਇੰਜਨ ਬ੍ਰੇਕ ਦਾ ਆਪਾਂ ਯੂਜ਼ ਕਰਦੇ ਹਾਂ, ਤਾਂ ਕਰਕੇ ਕਰਦੇ ਹਾਂ। ਜੇ ਇੰਨੀ ਜ਼ਿਆਦਾ ਹਿੱਲ ਵਾ, ਪਿੱਛੋਂ ਟ੍ਰੇਲਰ ਲੋਡਡ ਵਾ, ਤੇ ਆਪਾਂ ਬਾਰ ਬਾਰ ਪੈਰ ਵਾਲੀ ਬ੍ਰੇਕ ਦੱਬੀ ਜਾਵਾਂਗੇ, ਪੈਰ ਵਾਲੀ ਬ੍ਰੇਕ ਦੱਬੀ ਜਾਵਾਂਗੇ, ਤੇ ਫਿਰ ਆਪਣੀਆਂ ਜਿਹੜੀਆਂ ਬ੍ਰੇਕਾਂ ਵਾ, ਹਨਾ, ਉਹ ਗਰਮ ਹੋ ਜਾਣਗੀਆਂ, ਧੂੰਆਂ ਮਾਰ ਜਾਣਗੀਆਂ, ਠੀਕ ਆ। ਜਦੋਂ ਬ੍ਰੇਕਾਂ ਧੂੰਆਂ ਮਾਰ ਗਈਆਂ, ਤੇ ਉਹ ਆਊਟ ਆਫ ਐਡਜਸਟਮੈਂਟ ਵੀ ਹੋ ਸਕਦੀਆਂ, ਹੋ ਹੀ ਜਾਣੀਆਂ, ਆਲਮੋਸਟ ਹੋ ਹੀ ਜਾਂਦੀਆਂ, ਤੇ ਧੂੰਆਂ ਮਾਰ ਗਈਆਂ, ਤੇ ਅੱਗ ਵੀ ਲੱਗ ਸਕਦੀ। ਜੇ ਟਾਇਰ ਨੂੰ, ਇੱਕ ਵੀ ਟਾਇਰ ਨੂੰ ਅੱਗ ਲੱਗ ਗਈ, ਤਾਂ ਸਮਝ ਲਓ ਕਿ ਆਪਣਾ ਕੰਮ ਖਤਮ ਆ ਉੱਥੇ, ਟ੍ਰੇਲਰ ਦਾ ਜਾਂ ਟਰੱਕ ਦਾ, ਤੇ ਉੱਥੇ ਯੂਜ਼ ਕੀਤੀ ਜਾਂਦੀ। ਤੁਹਾਨੂੰ ਮੈਂ ਦੱਸ ਦਿੰਦਾ ਕਿਹੜੇ ਕਿਹੜੇ ਲੈਵਲ ਆ, ਕੋਈ ਵੱਡੀ ਚੀਜ਼ ਨਹੀਂ ਆ, ਛੇਤੀ ਤੁਸੀਂ ਅੰਡਰਸਟੈਂਡ ਕਰ ਲਓਗੇ। ਤੇ ਇਹ ਕੋਈ, ਇਹਦੇ ਤੇ ਕੋਈ ਵੱਡੀ 15-20 ਮਿੰਟ ਦੀ ਵੀਡੀਓ ਬਣਾਉਣ ਦੀ ਵੀ ਨਹੀਂ ਜ਼ਰੂਰਤ ਹੈਗੀ, ਤੇ ਇਹ ਤਾਂ ਤੁਸੀਂ ਅੰਡਰਸਟੈਂਡ ਕਰ ਹੀ ਲਓਗੇ। ਥੋੜ੍ਹੀ ਜਿਹੀ ਕਾਮਨ ਸੈਂਸ ਹੁੰਦੀ ਆ ਬੰਦੇ ਨੂੰ, ਜਦੋਂ ਆਪਾਂ ਡਰਾਈਵ ਕਰਦੇ ਹਾਂ, ਆਪਣਾ ਮਾਇੰਡ ਉਦੋਂ ਕੰਮ ਕਰਦਾ ਕਿ ਆਪਾਂ ਇੱਥੇ ਕੁ ਇੰਨੀ ਕੁ ਸਪੀਡ ਸਲੋ ਕਰਕੇ, ਤੇ ਆਪਾਂ ਉਸ ਹਿਸਾਬ ਦੇ ਨਾਲ ਚੀਜ਼ ਵਰਤਣੀ ਆ। ਤੁਹਾਨੂੰ ਹੁਣ ਦਿਖਾਉਣਾ ਇੰਜਨ ਬ੍ਰੇਕ ਕਿੱਥੇ ਹੁੰਦੀ ਆ ਤੇ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ। ਆਹ ਹੈਗਾ ਆਪਣਾ ਫਰੇਟ ਲਾਈਨਰ ਟਰੱਕ, ਹਨਾ, ਫਰੇਟ ਲਾਈਨਰ ਟਰੱਕ ਦੀਆਂ ਜਿਹੜੀਆਂ ਆ ਗੇਅਰ ਹੁੰਦੇ ਆ, ਤੇ ਇਹਦੇ ਨਾਲ ਹੀ ਇੰਜਨ ਬ੍ਰੇਕ ਹੁੰਦੀ ਆ, ਤੇ ਸਾਰੇ ਮੋਸਟਲੀ ਸਾਰੇ ਫਰੇਟ ਲਾਈਨਰਾਂ ਦਾ ਇਹੀ ਹਿਸਾਬ ਆ। ਇਹਦੇ ਹੁੰਦੇ ਆ 3 ਲੈਵਲ, ਇੱਕ ਹੁੰਦਾ ਲੈਵਲ 1 ਲੈਵਲ ਦੇ ਲੱਗ ਗਈ, ਫਿਰ ਲੈਵਲ 2, ਫਿਰ ਉਸ ਤੋਂ ਥੋੜੀ ਜ਼ਬਰਦਸਤ ਹੋ ਜੂਗੀ। ਜਿਹੜਾ ਲੈਵਲ 3 ਆ, ਸਭ ਤੋਂ ਜ਼ਬਰਦਸਤ ਵਾਲਾ ਲੈਵਲ ਆ ਇਹ। ਤੇ ਜਿੱਦਾਂ ਆਪਾਂ ਛੋਟੀ ਹਿੱਲ ਵਾ ਕੋਈ, ਹਨਾ, ਤੇ ਉਹਦੇ ਉੱਤੇ ਆਪਾਂ ਪਹਿਲਾਂ ਜਦੋਂ ਪੂਰਾ ਆਪਾਂ ਟੌਪ ਤੇ ਚੱਲ ਜਾਈਦਾ, ਤੇ ਆਪਾਂ ਜਿੰਨੀ ਸਪੀਡ ਲਿਮਿਟ ਲਿਖੀ ਆ, ਜਿੱਦਾਂ ਸਮਝ ਲਓ ਕਿ 60 ਦੀ ਸਪੀਡ ਲਿਮਿਟ ਲਿਖੀ ਆ, 60 ਮਾਈਲ ਦੀ, ਹਨਾ, ਤੇ ਉੱਥੇ ਆਪਾਂ ਟੌਪ ਹਿੱਲ ਤੇ ਜਾ ਕੇ ਆਪਾਂ 50 ਦੀ ਕਰ ਸਕਦੇ ਹਾਂ ਸਪੀਡ, 50 ਸਪੀਡ ਕਰਕੇ, ਤੇ ਫਿਰ ਆਪਾਂ ਜਦੋਂ ਟਰੱਕ ਥੱਲੇ ਨੂੰ ਰਿੜਨ ਲੱਗਣਾ, ਹਨਾ, ਤੇ ਉਦੋਂ ਆਪਾਂ ਨੰਬਰ 1 ਤੇ ਲਾ ਲੈਣੀ ਆ, ਹਨਾ, ਨੰਬਰ 1 ਤੇ ਲਾ ਲਈ, ਫਿਰ 50-60 ਦੇ ਵਿੱਚ ਆਪਣੀ ਜਿਹੜੀ ਸਪੀਡ ਮੇਨਟੇਨ ਰੱਖਣੀ ਆ। ਜੇ ਤੁਹਾਨੂੰ ਲੱਗਦਾ ਕਿ ਸਪੀਡ ਆਪਣੀ ਜਿਹੜੀ 55-57 ਕੰਟੀਨਿਊਸਲੀ ਵੱਧ ਰਹੀ ਆ, ਫਿਰ ਲੈਵਲ 2 ਦੇ ਕਰ ਦਿਓ, ਤੇ ਲੈਵਲ 2 ਦੇ ਕਰਤਾ, ਜੇ ਆਪਣੀ ਸਪੀਡ ਕੰਟਰੋਲ ਹੋ ਗਈ, ਠੀਕ ਆ, ਫਿਰ ਲੈਵਲ 2 ਦੇ ਜਾਣ ਦਿਓ, ਹਨਾ। ਜੇ ਤਾਂ ਵੀ ਕੰਟਰੋਲ ਨਹੀਂ ਹੋ ਰਹੀ, ਤਾਂ ਫਿਰ ਥੋੜ੍ਹੀ ਜਿਹੀ ਪੈਰ ਵਾਲੀ ਬ੍ਰੇਕ ਦੱਬਣੀ ਆ, ਬਿਲਕੁਲ ਇਸ਼ਾਰਾ ਹੀ ਕਰਨਾ, ਹਨਾ, ਪੈਰ ਵਾਲੀ ਬ੍ਰੇਕ ਦੱਬਣੀ ਥੋੜ੍ਹੀ ਜਿਹੀ, ਤੇ ਆਹ ਲਾ ਦੇਣੀ ਆਪਾਂ, ਠੀਕ ਆ। ਤੇ ਇੰਨੇ ਪੂਰਾ ਜ਼ਬਰਦਸਤ ਐਂਡਲਾ ਲੈਵਲ ਹੁੰਦਾ ਇਹ ਆਪਣਾ ਇੰਜਨ ਬ੍ਰੇਕ ਦਾ, ਤੇ ਇੰਨੇ ਤੁਹਾਡੀ ਸਪੀਡ ਜਿਹੜੀ ਆ 60 ਦੇ ਆਸ ਪਾਸ ਰੱਖੂਗਾ, ਕੰਟਰੋਲ ਰੱਖੂਗਾ। ਜੇ ਤਾਂ ਵੀ ਥੋੜ੍ਹੀ ਬਹੁਤ ਵੱਧਦੀ ਆ, ਜੇ ਹਿੱਲ ਜ਼ਿਆਦਾ ਵੱਡੀ ਆ, ਮਾੜਾ ਜਿਹਾ ਇਸ਼ਾਰਾ ਦੇਣਾ ਵਿੱਚ ਬ੍ਰੇਕ ਨੂੰ, ਪੈਰ ਵਾਲੀ ਨੂੰ ਮਾੜਾ ਜਿਹਾ ਬਸ ਦੱਬਣਾ ਵਾ, ਜਿੱਦਾਂ ਆਹ ਲਾ ਲਓ, ਇੱਦਾਂ ਕਰਕੇ ਬਸ ਛੱਡ ਦੇਣਾ, ਠੀਕ ਆ, ਇੱਦਾਂ ਕਰਕੇ ਛੱਡ ਦੇਣਾ ਬਸ ਬ੍ਰੇਕ ਨੂੰ ਆਪਾਂ, ਤੇ ਤੁਹਾਡੀ ਸਪੀਡ ਜਿਹੜੀ ਮੇਨਟੇਨ ਹੁੰਦੀ ਰਹੂਗੀ। ਤੇ ਇੱਕ ਟਰਾਈ ਕਰਨੀ ਆ ਕਿ ਆਲਵੇਜ਼ ਜਦੋਂ ਹਿੱਲ ਦੇ ਉੱਪਰ ਚੜ੍ਹਨਾ ਵਾ, ਤਾਂ ਉਸ ਵੇਲੇ ਪੂਰੀ ਐਂ ਪੂਰਾ ਧਿਆਨ ਕੰਸਨਟ੍ਰੇਟ ਕਰਨਾ ਕਿ ਆਪਾਂ ਨੂੰ ਹਿੱਲ ਦੀ, ਮਤਲਬ ਕਿ ਪਰਸੈਂਟੇਜ, ਆਪਾਂ ਗ੍ਰੇਡ ਦੀ ਜਿਹੜੀ ਪਰਸੈਂਟੇਜ ਲਿਖੀ ਹੁੰਦੀ ਹੈ, ਕਿੰਨੇ ਪਰਸੈਂਟ ਦੀ ਹਿੱਲ ਆ, 2% ਦੀ ਹਿੱਲ ਆ, 5% ਦੀ, 7% ਦੀ, 9% ਦੀ, ਉਹਨਾਂ ਨੇ ਲਿਖਿਆ ਹੁੰਦਾ, ਹਨਾ, ਉਹਦੇ ਉੱਤੇ। ਤੇ ਆਪਾਂ ਸਾਰਾ ਕੁਝ ਚੁਕੰਨੇ ਰਹਿਣਾ ਕਿ ਹਾਂ ਵੀ ਦੇਖਣਾ ਕਿ ਹਾਂ ਵੀ ਜੇ ਆਪਾਂ ਹਿੱਲ ਦੇ ਉੱਤੇ ਚੱਲ ਜਾਂਗੇ ਤੇ ਆਪਾਂ ਕਿੰਨੀ ਕੁ ਸਪੀਡ ਸਲੋ ਕਰਨੀ ਹੈ। ਆਲਵੇਜ਼ ਜਦੋਂ ਹਿੱਲ ਦੇ ਉੱਤੇ ਜਾਣਾ, ਆਪਾਂ ਜਿੱਦਾਂ ਜੋ ਆਪਣੀ ਪੋਸਟਡ ਸਪੀਡ ਵਾ 60 ਦੀ, ਤੇ ਉਸ ਤੋਂ ਆਪਾਂ ਘੱਟ ਹੀ ਰੱਖ ਲੈਣੀ ਉੱਤੇ ਜਾ ਕੇ, ਉੱਥੋਂ ਘੱਟ ਸਲੋ ਹੀ ਕਰ ਲੈਣਾ ਆਪਾਂ, ਕਿਉਂਕਿ ਜਦੋਂ ਥੱਲੇ ਆਪਾਂ ਡਾਊਨ ਹਿੱਲ ਤੇ ਜਾਣਾ ਤੇ ਉਹਨੇ ਇੱਕਦਮ ਐਕਸਲਰੇਟ ਕਰਨਾ, ਹਨਾ, ਸਪੀਡ ਨੇ, ਤੇ ਬਟ ਆਪਾਂ ਉੱਥੇ ਇੰਜਨ ਬ੍ਰੇਕ ਦਾ ਸਹਾਰਾ ਲੈ ਕੇ ਆਪਾਂ ਹਿੱਲ ਤੋਂ ਥੱਲੇ ਉਤਰਨਾ ਹੁੰਦਾ ਵਾ। ਸੋ
ਇਹ ਕੋਈ ਵੱਡਾ ਕੋਈ ਵੱਡੀ ਚੀਜ਼ ਨਹੀਂ ਹੈਗੀ। ਜਦੋਂ ਆਪਾਂ ਟਰੱਕ ਚਲਾਵਾਂਗੇ ਆਪਾਂ ਨੂੰ ਆਪਣੇ ਆਪ ਆਈਡੀਆ ਹੁੰਦਾ ਜਾਣਾ ਵਾ ਨਾਲ ਦੀ ਨਾਲ ਕਿ ਹਾਂ ਆਪਾਂ ਨੂੰ ਕਿੰਨੀ ਕੁ ਸਪੀਡ ਰੱਖਣੀ ਚਾਹੀਦੀ ਹੈ ਇੱਥੇ, ਹਨਾ ਵੀ। ਤੇ ਬਾਕੀ ਪੈਰ ਵਾਲੀ ਬ੍ਰੇਕ, ਇਹਦਾ ਮੇਨ ਕੰਮ ਇਹੀ ਆ ਕਿ ਆਪਣੀ ਜਿਹੜੀ ਪੈਰ ਵਾਲੀ ਬ੍ਰੇਕ ਨਾ ਲੱਗੇ, ਹਨਾ ਵੀ ਜਿਹੜਾ ਆਪਣਾ ਨੁਕਸਾਨ ਨਾ ਹੋਵੇ ਹਨਾ ਬ੍ਰੇਕਾਂ ਦਾ ਜਾਂ ਟਾਇਰ ਦਾ ਜਾਂ ਅੱਗ ਨਾ ਲੱਗੇ ਆਪਣੇ ਟ੍ਰੇਲਰ ਨੂੰ। ਤਾਂ ਵੀ ਹਿੱਲਾਂ ਦੇ ਉੱਤੇ ਉਹਨਾਂ ਨੇ ਰਨਵੇ ਬਣਾਏ ਹੁੰਦੇ ਆ, ਸਾਈਡ ਨੂੰ ਰੈਂਪ ਬਣਾਏ ਹੁੰਦੇ ਆ, ਬੱਜਰ ਦੇ ਹੁੰਦੇ ਆ ਉਹ। ਤੇ ਜਿੱਦਾਂ ਕਿਸੇ ਦਾ ਟਰੱਕ ਓਵਰ ਕੰਟਰੋਲ ਹੁੰਦਾ ਵਾ, ਸਪੀਡ ਜ਼ਿਆਦਾ ਵੱਧ ਗਈ, ਆਪਾਂ ਕੰਟਰੋਲ ਨਹੀਂ ਕਰ ਪਾ ਰਹੇ, ਤਾਂ ਉਹਨਾਂ ਨੇ ਰੈਂਪ ਬਣਾਏ ਹੁੰਦੇ ਆ ਥੋੜੇ ਥੋੜੇ ਡਿਸਟੈਂਸ ਤੋਂ ਬਾਅਦ ਆਪਾਂ ਰਾਈਟ ਸਾਈਡ ਨੂੰ ਟਰੱਕ ਚਾੜ ਸਕਦੇ ਹਾਂ, ਬਚਾਅ ਕਰ ਸਕਦੇ ਹਾਂ ਆਪਣਾ। ਤੇ ਬਾਕੀ ਮੇਰੀ ਤਾਂ ਇਹੀ ਸਲਾਹ ਵਾ ਕਿ ਕੇਅਰਫੁਲ ਰਵੇ ਬੰਦਾ। ਕਈ ਵਾਰ ਹੁੰਦਾ, ਮੈਨੂੰ ਮੇਰਾ ਫਰੈਂਡ ਦੱਸਦਾ ਹੈ ਕਿ ਜਿਹੜਾ 90 ਦਾ ਜ਼ੋਨ ਆ ਹਨਾ ਬੀਸੀ ਨੂੰ ਰਸਤਾ ਚੱਲਦਾ, ਤੇ ਕਹਿੰਦਾ 90 ਦੀ ਸਪੀਡ ਵਾ, ਤੇ ਪਤਾ ਨਹੀਂ 90 ਦੀ ਕਿੰਨੇ ਦੀ ਸਪੀਡ ਆ, ਤੇ ਮੈਂ ਪੂਰੀ ਪੂਰੀ ਸਪੀਡ ਤੇ ਰੱਖਦਾ ਟਰੱਕ ਨੂੰ ਹਨਾ, ਉੱਥੇ ਉਸ ਸਪੀਡ ਦੇ ਹਿਸਾਬ ਨਾਲ ਜਾਂ ਹਿੱਲਾਂ ਲਾਉਣਾ ਤੇ 60-70 ਦੀ ਸਪੀਡ ਕਰ ਲੈਂਦਾ ਕਿਲੋਮੀਟਰ ਦੀ ਹਨਾ। ਬਟ ਕਈ ਉੱਥੇ ਆਪਣੇ ਵੀਰ ਇੱਦਾਂ ਦੇ ਵੀ ਲੰਘਦੇ ਜਿਹੜੇ 120 ਦੀ ਸਪੀਡ ਦੇ ਕਰਕੇ 120 ਸਪੀਡ ਤੇ ਜਾਂਦੇ ਆ ਸਪੀਡਾਂ ਦੇ ਵਿੱਚ, ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਡਰਾਈਵਿੰਗ ਦੇ ਵਿੱਚ, ਟਰੈਕਿੰਗ ਦੇ ਵਿੱਚ, ਆਪਣੀ ਜੋਬ ਦੇ ਵਿੱਚ ਕੋਈ ਫੁਕਰੀਬਾਜ਼ੀ ਕਰਨੀ ਚਾਹੀਦੀ ਆ। ਤੇ ਕਿਉਂਕਿ ਇਹ ਗੇੜਾ ਆਪਾਂ ਇੱਕੋ ਹੀ ਗੇੜਾ ਲਾਉਣਾ ਵਾ ਕਿ ਹਾਂ ਵੀ ਆਪਾਂ ਲੇਟ ਨਾ ਹੋ ਜਾਈਏ, ਜਾਂ ਫਿਰ ਆਪਣਾ ਅਗਲਾ ਗੇੜਾ ਨਹੀਂ ਛੇਤੀ ਲੱਗਣਾ ਆਪਾਂ, ਜਾਂ ਹਨਾ ਜ਼ਿਆਦਾ ਦਿਨ ਲੱਗ ਜਾਣੇ ਗੇੜੇ 'ਚ, ਇਹ ਕੋਈ ਫੁਕਰੀ ਨਹੀਂ ਹੈਗੀ ਹਨਾ। ਵੀ ਪੱਕਾ ਹੀ ਆਪਣੀ ਜਾਨ ਗਵਾਉਣ ਨਾਲੋਂ ਚੰਗਾ ਕਿ ਬੰਦਾ ਸੰਭਲ ਕੇ ਚੱਲ ਜੇ, ਬਸ ਸੰਭਲ ਕੇ ਰਵੇ। ਤੇ ਆਪਣਾ ਵੀ ਨੁਕਸਾਨ ਹੁੰਦਾ, ਕਿਸੇ ਦਾ ਵੀ ਹੁੰਦਾ। ਥੋੜ੍ਹੇ ਕੁ ਦਿਨ ਪਹਿਲਾਂ ਮੇਰੇ ਖਿਆਲ ਨਾਲ ਕੱਲ੍ਹ ਹੀ ਐਕਸੀਡੈਂਟ ਹੋਇਆ ਇੱਕ ਬੀਸੀ ਦੇ ਵਿੱਚ, ਤਿੰਨ ਬੰਦੇ ਮਰ ਗਏ, ਇੱਕ ਆਪਣਾ ਪੰਜਾਬੀ ਸੀਗਾ ਇੰਡੀਅਨ, ਤੇ ਦੋ ਗੋਰੇ ਸੀਗੇ। ਤੇ ਉਹ ਕੰਸਟਰਕਸ਼ਨ ਜ਼ੋਨ ਜਿੱਥੇ ਉਹ ਆ, ਉਹ ਕੰਸਟਰਕਸ਼ਨ ਜ਼ੋਨ ਸੀਗਾ ਆਈ ਥਿੰਕ। ਸੋ ਕੇਅਰਫੁਲ ਰਹਿਣਾ ਚਾਹੀਦਾ ਆਪਾਂ ਨੂੰ। ਤੇ ਬਾਕੀ ਇਹ ਸੀਗੀ ਆਪਣੀ ਇੰਜਨ ਬ੍ਰੇਕ ਦਾ ਹਨਾ ਸਾਰਾ ਕੁਝ ਮਾਹੌਲ ਚੱਲ ਜਾ। ਤੇ ਹੁਣ ਆਪਾਂ ਕਰਦੇ ਹਾਂ ਆਪਣੇ ਗੇੜੇ ਦੀ ਗੱਲ, ਤੇ ਬਾਹਰ ਮੀਂਹ ਪਈ ਜਾਂਦਾ, ਕਣੀਆਂ ਪਈ ਜਾਂਦੀਆਂ, ਤੁਹਾਨੂੰ ਬਾਹਰ ਦਾ ਮਾਹੌਲ ਦਿਖਾਉਣਾ ਹੁਣ ਮੈਂ। ਆਹ ਵੇਖੋ ਵਿੰਡਸ਼ੀਲਡ ਦੇ ਉੱਤੇ ਜਿਹੜੀ ਕਣੀਆਂ ਜਿਹੀਆਂ ਪਈਆਂ, ਵਧੀਆ ਲੱਗ ਰਹੀਆਂ। ਆਪਣਾ ਟਰੱਕ ਆ ਗਿਆ ਵਾਪਸ ਸਾਡੇ ਜੀ। ਇੱਕ ਹੋਰ ਚੀਜ਼ ਦਿਖਾਉਣਾ ਤੁਹਾਨੂੰ ਮੈਂ, ਕਿ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਕਿ ਇਹਦੇ ਸੱਟ ਲੱਗ ਗਈ ਟਰੱਕ ਦੇ, ਤੇ ਕੋਈ ਪਾਰਕਿੰਗ ਦੇ ਵਿੱਚ ਖੜੇ ਟਰੱਕ ਨੂੰ ਹੀ ਭੰਨ ਗਿਆ, ਜਾਂ ਟੇਪਾ ਟੂਪਾ ਲਾ ਕੇ ਜੋੜਿਆ ਜਿਹੜੇ ਵੀਰ ਦਾ, ਜਿਹੜਾ ਵੀਰ ਲੈ ਕੇ ਗਿਆ ਸੀ ਟਰੱਕ ਵੀ ਸੀ। ਮੈਨੂੰ ਲੱਗਦਾ ਟਰੱਕ ਕਰ ਗਿਆ ਸੀਗਾ ਗੁੱਸਾ, ਟਰੱਕ ਕਹਿੰਦਾ ਕਿ ਮੈਨੂੰ ਲੈ ਕੇ ਕਿਉਂ ਗਿਆ, ਛੱਡਿਆ ਕਿਉਂ, ਕਿਉਂਕਿ ਰਸਤੇ 'ਤੇ ਮੈਂ ਜਾੜ ਦੇ ਵਿੱਚ ਵੀ ਨਹੀਂ ਲੈ ਕੇ ਆਇਆ ਸੀ, ਅਤੇ ਰਸਤੇ 'ਚ ਹੀ ਮੈਂ ਟਰੱਕ ਸਟੋਪ 'ਤੇ ਚੇਂਜ ਕੀਤਾ ਸੀਗਾ ਟਰੱਕ, ਅਤੇ ਮੈਂ ਇੱਥੇ ਲਾਈ ਹੋਈ ਆ ਬੈਕ। ਅੱਜ ਦਾ ਲੋਡ ਜਿਹੜਾ ਹੈਗਾ ਡਰਾਈ ਲੋਡ ਆ, ਆਪਾਂ ਨੂੰ ਰੀਫਰ ਚਲਾਉਣ ਦੀ ਲੋੜ ਨਹੀਂ ਪੈਣੀ। ਅਤੇ ਇਹਨਾਂ ਨੇ ਲਿਖਿਆ ਚੌਕ ਵੀਲ, ਅਤੇ ਆਪਾਂ ਵੀਲ ਚੌਕ ਕਰ ਦਿੰਦੇ ਹਾਂ। ਇਹ ਤਾਂ ਸੁਪਰ ਸਿੰਗਲ ਟਾਇਰ ਆ, ਸੁਪਰ ਸਿੰਗਲ ਟਾਇਰ ਦਾ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਵਾ, ਜੇ ਫਟ ਜੇ ਤਾਂ ਸਾਰਾ ਹੀ ਚੇਂਜ ਕਰਾਉਣਾ ਪੈਂਦਾ। ਅਤੇ ਫਿਰ ਬਟ ਜਿਹੜੇ ਇਕੱਲੇ ਇਕੱਲੇ ਨਾਲੇ ਸਾਰਾ ਚੇਂਜ ਕਰਾਉਣਾ, ਨਾਲੇ ਖਰਚਾ ਬਹੁਤ ਆ ਜਾਂਦਾ, 1500 ਡਾਲਰ ਦਾ ਟਾਇਰ ਵਾ ਜੇ ਆਪਾਂ ਬਾਹਰੋਂ ਪਵਾਉਂਦੇ ਹਾਂ ਵਧੀਆ ਕੰਪਨੀ ਦਾ ਮਿਸ਼ਲਨ ਦਾ, ਜੇ ਆਪਾਂ ਰੋਡ ਸਰਵਿਸ ਨੂੰ ਕਿਸੇ ਨੂੰ ਵੀ ਕਾਲ ਕਰਾਂਗੇ ਤਾਂ। ਅਤੇ ਬਾਕੀ ਮੌਸਮ ਸਿਰਾ ਹੋਇਆ ਪਿਆ, ਅਤੇ ਹੁਣ ਤਿੰਨ ਪਿਕਅਪਾਂ ਕਰਕੇ ਜਿੰਨਾ ਕੁ ਟਾਈਮ ਬਚਦਾ ਆਪਾਂ ਦਾ ਟਾਈਮ ਬਚਣਾ ਵਾ, ਮੈਨੂੰ ਲੱਗਦਾ ਕਿ 4-5 ਘੰਟੇ ਬਚਣਗੇ ਜਿਸ ਤੱਕ ਮੈਨੂੰ ਲੱਗਦਾ, ਕਿਉਂਕਿ ਬੁੱਕ ਚੱਲ ਪਈ ਅਜੇ ਤੱਕ ਇਹਨਾਂ ਨੇ ਲੋਡ ਕਰਨਾ ਸ਼ੁਰੂ ਨਹੀਂ ਕੀਤਾ। ਅਤੇ ਜਿੰਨਾ ਕੁ ਟਾਈਮ ਆਪਾਂ ਕੋਲ ਬਚਿਆ ਆਪਾਂ ਉਨੀ ਡਰਾਈਵ ਕਰਕੇ ਗਾਂਹ ਨਿਕਲ ਜਾਂਗੇ। ਮੈਂ ਆਪਣੀ ਕੋਸ਼ਿਸ਼ ਕਰੂੰਗਾ, ਜੇ ਮੇਰਾ 6 ਘੰਟੇ ਬਚਦੇ ਹੋਏ ਬੁੱਕ ਦੇ ਵਿੱਚੋਂ, ਤਾਂ ਮੈਂ ਕੋਰਨਵਾਲ ਕ੍ਰੋਸ ਕਰਕੇ, ਮੌਂਟਰੀਅਲ ਕ੍ਰੋਸ ਕਰਕੇ ਹੀ ਰਾਤ ਨੂੰ ਸਲੀਪ ਪਾਵਾਂ, ਕਿਉਂਕਿ ਫਿਰ ਮੈਨੂੰ ਜੇ ਮੈਂ ਸਵੇਰੇ ਮੌਂਟਰੀਅਲ ਕ੍ਰੋਸ ਕੀਤਾ ਤਾਂ ਮੈਨੂੰ ਟੋਲ ਰੋਡ ਰਾਹੀਂ ਜਾਣਾ ਪੈਣਾ, ਬਟ ਕਈ ਵਾਰ ਟੋਲ ਰੋਡ ਦੇ ਉੱਤੇ ਵੀ ਟ੍ਰੈਫਿਕ ਲੱਗ ਜਾਂਦਾ। ਬਾਕੀ ਦੇਖਦੇ ਹਾਂ ਕੀ ਬਣਦਾ। ਅਤੇ ਲੋਕੇਸ਼ਨ ਤਾਂ ਖੁੱਲ੍ਹੀ ਆ, ਕੋਈ ਬਿਜ਼ੀ ਨਹੀਂ ਹੈਗੀ ਲੋਕੇਸ਼ਨ। 3 ਟਰੱਕ ਲੱਗੇ ਆ, ਇੱਕ ਮੇਰਾ ਅਤੇ ਉਹ ਲੱਗੇ, 2 ਟਰੱਕ ਉਹ ਲੱਗੇ ਆ, ਇੱਕ ਮੇਰੇ ਵਾਲਾ ਵਾ, ਵਿਚਾਰੇ ਦੇ ਸੱਟ ਲੱਗ ਗਈ, ਅਤੇ ਬਾਕੀ ਇੱਕ ਆਹ ਲੱਗਾ ਵਾ, ਅਤੇ ਮੀਂਹ ਪਈ ਜਾਂਦਾ, ਕਣੀਆਂ ਪਈ ਜਾਂਦੀਆਂ। ਅਤੇ ਚਲੋ ਦੇਖਦੇ ਹਾਂ ਕਦੋਂ ਤੱਕ ਡਨ ਕਰਦੇ ਹਾਂ, ਜਦੋਂ ਵੀ ਡਨ ਹੋ ਗਿਆ ਆਪਾਂ ਇੱਥੋਂ ਨਿਕਲ ਕੇ ਅਤੇ ਫਿਰ ਦੂਸਰੀ ਲੋਕੇਸ਼ਨ 'ਤੇ ਜਾਵਾਂਗੇ, ਜਿਹੜਾ ਕਿ 30 ਮਿੰਟ ਦਾ ਰਸਤਾ ਸਾਰਾ। ਲੋਡ ਤਾਂ ਹੋ ਗਿਆ ਜੀ ਡਨ, ਅਤੇ ਆਪਾਂ ਮਾੜੇ ਜਿਹੇ ਐਕਸਲ ਮੂਵ ਕੀਤੇ ਇਹਦੇ। ਮੈਂ ਪਿਛਲੀਆਂ ਵੀਡੀਓਸ ਦੇ ਵਿੱਚ ਦੱਸਿਆ ਕਿੱਦਾਂ ਐਕਸਲ ਮੂਵ ਕਰਦੇ ਹਾਂ, ਪਹਿਲਾਂ ਆਹ 41 ਸੀਗਾ ਇੱਥੇ, ਕਿ ਪੂਰੀ ਲਿਮਿਟ ਜਿਹੜੀ ਕ੍ਰੋਸ ਕਰ ਚੁੱਕਿਆ ਸੀਗਾ, ਜਿੰਨੀ ਲਿਮਿਟ ਚਾਹੀਦੀ ਉਨੀ ਕਦੇ ਆ ਗਿਆ ਸੀ, ਬਟ ਮੈਨੂੰ ਇੱਥੇ ਨਹੀਂ ਸੀ ਚਾਹੀਦਾ, ਮੈਨੂੰ ਚਾਹੀਦਾ ਸੀਗਾ ਇਹਦੇ ਮਿਡਲ 'ਚ ਜਾਂ ਇਹਦੇ ਆਸ ਪਾਸ। ਸੋ ਉਹ ਹੋਲ ਵਾ, ਉਹਦੇ ਹੋਲ ਦੇ ਵਿੱਚ ਆਪਾਂ ਪਾ ਦਾਂਗੇ ਇਹਨੂੰ, ਅਤੇ ਆਪਾਂ ਹੁਣ ਇਹਨੂੰ ਅੰਦਰ ਬਾਹਰ ਨਹੀਂ ਆਉਣਾ, ਉਹਨਾਂ ਨੇ ਇਹਦੇ ਬਾਹਰ ਨਹੀਂ ਆਉਣਾ, ਅਤੇ ਮੈਨੂੰ ਅੰਦਰ ਜਾ ਕੇ ਟ੍ਰੇਲਰ ਦੀ ਬ੍ਰੇਕ ਬਾਹਰ ਹੀ ਰਹਿਣ ਦੂਗਾ, ਲੱਗੀ ਰਹਿਣ ਨੂੰ, ਇਕੱਲੀ ਟਰੱਕ ਦੀ ਬ੍ਰੇਕ ਅੰਦਰ ਕਰਕੇ ਨਾ ਅੱਗੇ ਨੂੰ ਝਟਕਾਂ ਪਰਾਉਂਗਾ, ਅਤੇ ਫਿਰ ਇਹ ਹੋਲ ਦੇ ਵਿੱਚ ਆ ਜਾਣਗੇ, ਫਿਰ ਆਪਾਂ ਡੋਰ ਬੰਦ ਕਰਨਾ ਆਪਣੇ ਟ੍ਰੇਲਰ ਦਾ। ਹੋਪਫੁਲੀ ਸਾਰਾ ਕੁਝ ਡਨ, ਅਤੇ ਉਹ ਵੇਖੋ ਹੋਲ 'ਚ ਆ ਗਿਆ,
ਪਿੰਨ ਬਾਹਰ ਆ ਗਈ ਹੋਲ ਚ ਤੇ ਹੁਣ ਇਹਨਾਂ ਆਪਾਂ ਡੋਰ ਨੂੰ ਬੰਦ ਕਰਨਾ ਇਹਦੇ ਨੂੰ ਤੇ ਇੰਨੀਆਂ ਕੁ ਪੈਲਟਾਂ ਇਹਨਾਂ ਨੇ ਲੱਦੀਆਂ ਬਸ ਉੱਥੇ ਮੈਂ ਲੋਡ ਬਾਰ ਲਾ ਕੇ ਆਉਂਦਾ ਇੱਕ ਕਿ ਜਿਹੜਾ ਇੱਥੇ ਪਿੱਛੇ ਨੂੰ ਆਵੇ ਲੋਡ ਆਹ ਚੀਜ਼ਾਂ ਬੜੀਆਂ ਜ਼ਰੂਰੀ ਆ ਸਿਕਿਓਰ ਕਰਨ ਵਾਲੀਆਂ ਵੈਸੇ ਤਾਂ ਇੰਨੇ ਕਿਤੇ ਜਾਣਾ ਨਹੀਂ ਆ ਬਟ ਮੈਨੂੰ ਲੱਗਦਾ ਇਹਦੀ ਜਿਹੜੀ ਰੈਪਿੰਗ ਆ ਜਿਹੜੀ ਉਹ ਬਹੁਤ ਮਾੜੀ ਕੀਤੀ ਗਈ ਆ ਇਹ ਡਿੱਗ ਸਕਦੇ ਆ ਅਤੇ ਇਹਨੂੰ ਸਿਕਿਓਰ ਕਰਨ ਦਾ ਕੋਈ ਤਰੀਕਾ ਹੀ ਨਹੀਂ ਚਲੋ ਕੋਈ ਨਾ ਹੁਣ ਦੂਜੀ ਲੋਕੇਸ਼ਨ 2 ਘੰਟੇ ਦਾ ਰਾਹ ਆਪਾਂ ਕਿਹੜਾ ਹਿੱਲਾਂ 'ਤੇ ਜਾਣਾ ਹਲੇ ਜਦੋਂ ਪੂਰਾ ਲੋਡ ਹੋ ਜਾਊਗਾ ਉਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਸਿਕਿਓਰ ਕਰਾਂਗੇ ਇੱਕ ਆਹ ਲੋਡ ਬਾਰ ਪਈ ਆ ਇੱਕ ਸਟਰੈਪ ਪਈ ਆ ਚਲੋ ਕਰੀਏ ਡੋਰ ਬੰਦ ਅਤੇ ਨਿਕਲੀਏ ਆਪਾਂ ਦੂਜੀ ਪਿਕਅਪ ਨੂੰ ਲੈਟਸ ਗੋ ਗਾਇਸ ਇੱਕ ਸਟਾਰਟਿੰਗ ਜਿਹੜੀ ਮੈਂ ਵੀਡੀਓ ਲਾਈ ਆ ਉਹ ਵਾਹਵਾ ਫਨੀ ਆ ਨਾ लो जी ट्रैफिक में हमारा स्वागत है सिटी दे विच होइए ते ट्रैफिक ना मिले आपां नूं इह कदे हो नहीं सकदा खास करके अपना GTA एरिया ग्रेटर टोरंटो एरिया दे विच ते मित्रों तुहानूं बस ट्रैफिक दे नाम ते जां कंस्ट्रक्शन दे नाम तों बिना होर कुछ भी नहीं नजर आऊगा ते मैनूं जित्थों तक लगदा कि कंस्ट्रक्शन दे करके ही इह ट्रैफिक लगा होया चलो फिर भी कोई ना 14 मिनट का राह रह गया मैनू उतो थोड़ा ही सीगा अद्धे घंटे का रस्ता सीगा सारा एक जे आ पिकअप होगी आ पिकअप थोड़ी जी तंग जे एरिए दे विच ते इहदी एंट्रेंस जिहड़ी आ उत्थे टर्न लाइट तो टर्न लाइटां दा टर्न करना जिहड़ा ओह थोड़ा जिहा डिफिकल्ट जिहा वा ते बस आ पिकअप हो जाए टाइम दे नाल ते फिर अगली पिकअप की टेंशन नहीं कोई वह आपां जाणा खुले खुले एरिए दे विच पहला सब तो पहला जदों मैं ब्लॉगिंग शुरू कीती सीगी उस तरफ मेरा यार्ड हुंदा सीगा मैं बड़ी यार दिखाया एरिया पहला स्टार्टिंग वाले ब्लॉग तो देख सकते हैं तो उधरों जी पिकअप होनी आ पिकअप करके नाल ही हाईवे आ नाल ही हाईवे उतो हाईवे तो चढ़ के सीधा अपना चले पा देने न्यू ब्रंसविक नूं ते देखते हैं हुण किन्ने क घंटे की बुक बची होगी अपनी न्यू ब्रंसविक तो मतलब कि इतों अपने 3 पिकअपा करने तो बाद किन्नी क बुक बची होगी उस हिसाब नाल देखते हैं तो बाकी दोस्तों मैं तुहानूं दस देना चाहवां मेरा इंस्टाग्राम जरूर फॉलो कर लो यूजर नेम आ happypb2 ਤੇ ਮੈਂ ਇੱਕ ਇੰਟਰਵਿਊ ਕੀਤੀ ਸੀਗੀ ਲਾਈਫ ਵਿਦ ਸੰਧੂ ਯੂਟਿਊਬ ਚੈਨਲ ਆ ਮੈਂ ਉਸ ਬਾਈ ਦੇ ਨਾਲ ਇੰਟਰਵਿਊ ਕੀਤੀ ਆ ਉਹ ਕੈਨੇਡੀਅਨ ਬੋਰਨ ਆ ਬਾਈ ਤੇ ਉਹਨਾਂ ਦੇ ਚੈਨਲ ਦੇ ਉੱਤੇ ਇੰਟਰਵਿਊ ਪਈ ਆ ਤੇ ਜਿਹੜੀਆਂ ਚੀਜ਼ਾਂ ਮੈਂ ਕਦੀ ਇੱਥੇ ਨਹੀਂ ਦੱਸੀਆਂ ਉਹ ਮੈਂ ਉੱਥੇ ਸ਼ੇਅਰ ਕੀਤੀਆਂ ਵਾ ਤੇ ਤੁਸੀਂ ਉਹ ਮੇਰੀ ਵੀਡੀਓ ਜ਼ਰੂਰ ਦੇਖਿਓ ਜਾ ਕੇ ਬਾਈ ਦੇ ਨਾਲੇ ਬਾਈ ਦਾ ਚੈਨਲ ਜ਼ਰੂਰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਫ ਵਿਦ ਸੰਧੂ ਉਹਦੇ ਉੱਤੇ ਹਰੇਕ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਹਰੇਕ ਆਕੂਪੇਸ਼ਨ ਦੇ ਨਾਲ ਰਿਲੇਟਡ ਬਾਈ ਆਪ ਮਕੈਨਿਕ ਆ ਟਰੱਕ ਮਕੈਨਿਕ ਆ ਤੇ ਟਰੱਕ ਮਕੈਨਿਕ ਕਿੱਦਾਂ ਬਣ ਸਕਦੇ ਆ ਉਹਦੀ ਵੀਡੀਓ ਮੈਂ ਜਲਦੀ ਇਸ ਵਲੌਗ ਦੇ ਬਾਅਦ ਟਰਾਈ ਕਰੂੰਗਾ ਅਪਲੋਡ ਕਰਨ ਦੀ ਤੇ ਸਾਰਿਆਂ ਦੀ ਬਹੁਤ ਸਪੋਰਟ ਆ ਆਪਣੇ ਚੈਨਲ ਨੂੰ ਬੜੀ ਵਧੀਆ ਰੀਚ ਵੱਧ ਰਹੀ ਆ ਤੇ ਤੁਹਾਨੂੰ ਪਤਾ ਲੱਗ ਜੂਗਾ ਮੈਂ ਤੁਹਾਨੂੰ ਵੀਡੀਓ ਅਪਲੋਡ ਕਰੂੰਗਾ ਇਸ ਵਲੌਗ ਦੇ ਬਾਅਦ 1-2 ਦਿਨ ਤੱਕ ਕਿ ਆਪਾਂ ਟਰੱਕ ਮਕੈਨਿਕ ਕਿੱਦਾਂ ਬਣ ਸਕਦੇ ਹਾਂ ਕਿੱਦਾਂ ਆਪਾਂ ਮਕੈਨਿਕੀ ਲਾਈਨ ਦੇ ਵਿੱਚ ਆ ਸਕਦੇ ਹਾਂ ਆਪਾਂ ਨੂੰ ਕਿਹੜਾ ਕੋਰਸ ਕਰਨਾ ਪਊਗਾ ਕਿੰਨਾ ਕੁ ਖਰਚਾ ਹਨਾ ਖਰਚਾ ਜ਼ਿਆਦਾ ਆਉਂਦਾ ਜਾਂ ਘੱਟ ਆਉਂਦਾ ਮੈਂ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਦੱਸੂੰਗਾ ਤੇ ਫਿਲਹਾਲ ਤੁਸੀਂ ਲਾਈਫ ਵਿਦ ਸੰਧੂ ਚੈਨਲ ਖੋਲੋ ਤੇ ਉਸ ਦੇ ਵਿੱਚ ਮੇਰੀ ਵੀਡੀਓ ਪਈ ਹੋਊਗੀ ਤੁਸੀਂ ਚੈੱਕ ਕਰ ਸਕਦੇ ਹਾਂ ਜਾ ਕੇ ਤੇ ਫਿਰ ਕਮੈਂਟ ਕਰਕੇ ਜ਼ਰੂਰ ਬਾਈ ਦਾ ਹੌਸਲਾ ਵਧਾਇਓ ਤੇ ਸਬਸਕ੍ਰਾਈਬਰ ਵੀ ਥੋੜੇ ਜਿਹੇ ਗੇਨ ਕਰਾ ਦਿਓ ਬਾਈ ਦੇ ਸ਼ੇਅਰ ਕਰਕੇ ਵੀਡੀਓਜ਼ ਨੂੰ ਬਹੁਤ ਵਧੀਆ ਵੀਡੀਓਜ਼ ਬਣਾਉਂਦਾ ਬਾਈ ਹਰ ਕਿਸੇ ਨਾਲ ਇੰਟਰਵਿਊ ਕਰਦਾ ਕੋਈ ਮਤਲਬ ਕਿ ਵਧੀਆ ਯੂਟਿਊਬਰ ਜਿੰਨੇ ਵੀ ਬਾਈ ਨੂੰ ਮਿਲਦੇ ਆ ਸਾਰਿਆਂ ਨਾਲ ਬਾਈ ਇੰਟਰਵਿਊ ਕਰਦਾ ਜਿਹੜੀ ਜਗ੍ਹਾ ਤੋਂ ਮੈਂ ਪਿਕਅਪ ਕਰਨੀ ਆ ਨਾ ਉਹ ਹੈਗੀ ਸਾਹਮਣੇ ਤੇ ਉਹ ਆਊਗੀ ਰਾਈਟ ਸਾਈਡ ਦੇ ਐਂਟਰੈਂਸ ਦੀ ਤੇ ਆਹ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਰਾਈਟ ਸਾਈਡ ਤੇ ਸ਼ਿਪਿੰਗ ਐਂਡ ਰਿਸੀਵਿੰਗ ਜੀ ਆ ਜਾ ਇੱਧਰ ਮੋੜਨਾ ਆਪਾਂ ਟਰੱਕ ਹੁਣ ਪਿੱਛੇ ਕੰਸਟਰਕਸ਼ਨ ਜੀ ਚੱਲਦੀ ਸੀ ਲਾਈਨ ਵੀ ਬੰਦ ਸੀ ਇੱਕ ਓਕੇ ਸਾਹਮਣੇ ਗਾਰਡ ਸ਼ੈਕ ਆ ਤੇ ਰਾਈਟ ਸਾਈਡ ਤੇ ਉੱਥੇ ਮੈਂ ਚੈੱਕ ਇਨ ਕਰਾਉਣਾ ਪੈਣਾ ਮੈਨੂੰ ਸਿਕਿਉਰਿਟੀ ਚੈੱਕ ਇਨ
ਆ ਗਿਆ ਭਾਊ ਉਹ ਸਕਿਉਰਿਟੀ ਗਾਰਡ ਆ ਉਹਨੇ ਸਾਰੀ ਇਨਫੋਰਮੇਸ਼ਨ ਲਿਖਣੀ ਆ ਤੇ ਫਿਰ ਫੋਨ ਤੇ ਜਾਣ ਹੋਊਗਾ ਹੁਣ ਮੈਂ ਉਹਨੂੰ ਪਿਕਅਪ ਨੰਬਰ ਵੀ ਦੱਸੂਗਾ ਜਦੋਂ ਉਹਨੇ ਮੰਗਿਆ ਤੈਨੂੰ ਪਿਕਅਪ ਨੰਬਰ ਦੱਸਣਾ ਪੈਣਾ ਤੇ ਨਾਮ ਹੀ ਸ਼ਰਦ ਕੁਛ ਆਏ ਹਰਪ੍ਰੀਤ ਪਿਕਅਪ ਉਹਨੇ ਲਿਖ ਲਿਆ ਨੰਬਰ ਪਿਕਅਪ ਨੰਬਰ ਲਿਖ ਲਿਆ ਨਾਮ ਲਿਖ ਲਿਆ ਤੇ ਕਹਿੰਦਾ ਉੱਥੇ ਜਾ ਕੇ ਬੈਕ ਬੈਕ ਨੀ ਲੱਗਣਾ ਆਈ ਥਿੰਕ ਇੱਥੇ ਯੂ ਟਰਨ ਹੀ ਵੱਜੂਗੀ ਹੁਣ ਪਤਾ ਨੀ ਕਿਹੜੇ ਤਰੀਕੇ ਨਾਲ ਯੂ ਟਰਨ ਮਾਰਾ ਇੱਧਰ ਲੈਫਟ ਸਾਈਡ ਤੇ ਟਰੱਕ ਲੱਗਾ ਵਾ ਤੇ ਮੈਂ ਯੂ ਟਰਨ ਮਾਰਨੀ ਸੀਗੀ ਜਦੋਂ ਗੜਬੜ ਹੋ ਗਈ ਬਾਬੂ ਭਈਆ ਨਾ ਉਹ ਇਹਦੇ ਸਿੱਧੇ ਪਾਸੇ ਕਰਕੇ ਤੇ ਲਾਉਣ ਵਾਲਾ ਹੈ ਨਹੀਂ ਆ ਟਰੱਕ ਲਾਉਣ ਵਾਲਾ ਸਿਸਟਮ ਜਿਹਾ ਤੇ ਹੁਣ ਮੈਨੂੰ ਬਲਾਈਂਡ ਵਾਲੇ ਪਾਸਿਓਂ ਹੀ ਸ਼ਾਇਦ ਬੈਕ ਲਾਉਣੀ ਪਵੇ ਜਾਂ ਯੂ ਟਰਨ ਮਾਰਨੀ ਯੂ ਟਰਨ ਇੱਦਾਂ ਮਾਰਨੀ ਪੈਣੀ ਜੇ ਕੋਈ ਤਿੰਨ ਚਾਰ ਟੋਪਾਂ ਖਾਲੀ ਮਿਲਦੀਆਂ ਵਾ ਤੇ ਉੱਥੇ ਬੈਕ ਕਰਕੇ ਫਿਰ ਦੂਸਰੇ ਪਾਸੇ ਘੁੰਮਾ ਕੇ ਲਾਉਣਾ ਪੈਣਾ ਬਾਕੀ ਦੇਖਦੇ ਹਾਂ ਪਹਿਲਾਂ ਮੈਂ ਚੈੱਕ ਇਨ ਕਰਾ ਕੇ ਆਉਂਦਾ ਤੇ ਦੇਖਦਾ ਕੀ ਸੀਨ ਆ ਕਹਿੰਦੇ ਨੋ ਸਮੋਕਿੰਗ ਡੋਗ ਨੰਬਰ ਹੈਗੀ ਆਪਣੀ 33 ਤੇ ਚਲੋ ਦੇਖਦੇ ਹੁਣ ਕਿੱਥੇ ਆ ਡੋਗ ਤੇ ਕਿੱਦਾਂ ਲੱਗੂਗੀ ਬੈਕ ਲੱਗਦਾ ਉਹਨੂੰ ਪਹਿਲਾਂ ਮੇਰੀ ਸਮਝ ਨੀ ਲੱਗੀ ਉਹ ਜਾਣ ਕੇ ਪਤਾ ਨੀ ਸੁਣ ਕੇ ਤੇ ਟਰੱਕ 'ਚ ਬਹਿ ਗਿਆ ਆਪਣੇ 'ਚ ਤੇ ਹੁਣ ਜਦੋਂ ਮੈਂ ਉਹਨੂੰ ਇਸ਼ਾਰਾ ਕੀਤਾ ਹੁਣ ਉਹਨੇ ਮੂਵ ਕੀਤਾ ਟਰੱਕ ਆਪਣਾ ਹੁਣ ਚਾਰਜਰ ਦੇਣਾ ਬਾਈ ਨੂੰ ਚਾਰਜਰ ਇਹਦਾ ਚਾਰਜਰ ਕਹਿੰਦਾ ਹੈ ਨੀ ਮੇਰੇ ਕੋਲ ਮੈਨੂੰ ਚਾਰਜਰ ਦੇ ਜਾ ਕਹਿੰਦਾ ਭੱਜ ਗਈ ਜਾ ਕੇ ਚਾਰਜਰ ਫੜਾ ਗਿਆ ਵਾ ਉਹਨੂੰ ਮੈਂ I need after half an hour, okay? Okay. Okay. ਹੁਣ ਮੈਨੂੰ ਟਰੱਕ ਨੂੰ ਥੋੜਾ ਪਿੱਛੇ ਲੈ ਕੇ ਜਾਣਾ ਕਿਉਂਕਿ ਸਾਹਮਣੇ ਜਗ੍ਹਾ ਥੋੜੀ ਜਿਹੀ ਘੱਟ ਆ ਤੇ ਇੱਥੇ ਇੱਕ ਟਰੱਕ ਲੱਗਾ ਰਾਈਟ ਸਾਈਡ ਤੇ ਜਿਹੜਾ ਜਿੰਨਾ ਮੈਂ ਟਰੱਕ ਪਿੱਛੇ ਲੈ ਜੂੰਗਾ ਉਹਨਾਂ ਦੀ ਵਧੀਆ ਮੇਰੇ ਲਈ ਬਾਕੀ ਦੇਖਦੇ ਆ ਲੱਗਣੀ ਤੇ ਚਾਹੀਦੀ ਆ ਸੌਖੀ ਬੈਗ ਮੈਂ ਇੱਕ ਦੋ ਵਾਰ ਉਤਰ ਕੇ ਵੀ ਵੇਖੂੰਗਾ ਜੇ ਲੋੜ ਪੈ ਗਈ ਅਦਰਵਾਈਜ਼ ਮੈਨੂੰ ਲੋੜ ਨੀ ਪੈਣੀ ਮੈਨੂੰ ਲੱਗਦਾ ਤੇ ਜਿਹੜਾ ਸਾਹਮਣੇ ਟਰੱਕ ਪਿੱਛੇ ਨੂੰ ਮੁੜਦਾ ਨਾ ਇੱਥੇ ਸਰਦਾਰ ਆਪਣਾ ਅੰਕਲ ਆ ਕਾਲਾ ਚਾਰਜਰ ਦੇਣ ਆ ਗਿਆ ਵਾਪਸ ਮੈਨੂੰ ਲੱਗਦਾ ਉਹ ਚੱਲਿਆ ਘਰ ਨੂੰ ਵਾਪਸ ਮੈਨੂੰ ਨੀ ਲੱਗਦਾ ਕਿ ਉਤਰ ਕੇ ਦੇਖਣ ਦੀ ਲੋੜ ਪਊਗੀ ਬਸ ਮੈਨੂੰ ਡਰ ਸੀਗਾ ਕਿ ਰਾਈਟ ਸਾਈਡ ਤੇ ਲੱਗੇ ਨਾ ਕਿਤੇ ਆਪਣਾ ਪੈਸੰਜਰ ਸਾਈਡ ਵਾਲੇ ਪਾਸੇ ਬਾਕੀ ਤਾਂ ਓਕੇ ਆ ਲੋ ਵੀ ਸ਼ੇਰੋ ਆਲਮੋਸਟ ਇੱਕ ਪੁੱਲ ਦੇ ਵਿੱਚ ਲੱਗ ਜਾਣੀ ਬੈਗ ਬੈਗ ਜਿਹੜੀ ਸੌਖੀ ਲੱਗ ਗਈ ਸੀਗੀ ਇੱਕੋ ਵਾਰ 'ਚ ਇੱਕ ਪੁੱਲ ਕੀਤੀ ਬਸ ਮੈਂ ਅਤੇ ਪੁੱਲ ਤਾਂ ਕਰਨੀ ਪਈ ਕਿਉਂਕਿ ਡੋਕਾਂ ਦੋ ਫ੍ਰੀ ਸੀਗੀਆਂ ਇਕੱਠੀਆਂ ਅਤੇ ਜਦੋਂ ਬੰਦਾ ਜ਼ਿਆਦਾ ਸਪੇਸ ਹੋਵੇ ਨਾ ਬੰਦਾ ਸੋਚਦਾ ਕਿ ਆਪਾਂ ਈਜ਼ੀ ਹੋ ਕੇ ਲਾਉਂਦੇ ਹਾਂ ਕਿਉਂ ਆਪਾਂ ਨਾਲ ਖਹਿ ਖਹਿ ਕੇ ਲਾਉਣੀ ਹੈ ਨਾ ਬੈਗ
ਤੇ ਉਹ ਹਿਸਾਬ ਨਾਲ ਫਿਰ ਮੈਂ ਥੋੜਾ ਜਿਹਾ ਮੈਂ ਟ੍ਰੇਲਰ ਜਿਹੜਾ ਸੀਗਾ ਦੂਸਰੀ ਟੋਕ ਵੱਲ ਜਾਂਦਾ ਸੀਗਾ ਤੇ ਆਪਾਂ ਲੀਨੀਅਰ ਜੇ ਹੋ ਜਾਂਦੇ ਹਾਂ ਢਿੱਲੇ ਜੇ ਪੈ ਜਾਂਦੇ ਹਾਂ ਕਿ ਹਾਂ ਵੀ ਯਾਰ ਦੋ ਜਗ੍ਹਾ ਵਾ ਈਜ਼ੀ ਆਰਾਮ ਨਾਲ ਲਾ ਲੈਂਦੇ ਹਾਂ ਕਿਉਂ ਐਵੇਂ ਹੀ ਤੰਗ ਹੋ ਗਏ ਲਾਉਣੀ ਬੈਕ ਹਨਾ ਤੇ ਫਿਰ ਉਹ ਕਰਕੇ ਮੈਂ ਥੋੜ੍ਹੀ ਜਿਹੀ ਸਿੱਧਾ ਕੀਤਾ ਟਰੱਕ ਆਪਣਾ ਬਸ ਫਿਰ ਵਾਪਸ ਬੈਕ ਲਿਆਂਦਾ ਤੇ ਬੈਕ ਲੱਗ ਗਈ ਸੀ ਤੇ ਖਾਲੇ ਨੇ ਲਿਆ ਚਾਰਜਰ ਲਾਉਂਦਾ ਫਿਰਦਾ ਉਹਦੇ ਨਾਲ ਚਾਰ ਪੋਰਟ ਵਾ ਉਹਦੇ ਵਿੱਚ ਦੋ ਚੱਲਦੇ ਦੋ ਨਹੀਂ ਚੱਲਦੇ ਉਹਨੇ ਜਿਹੜਾ ਨਹੀਂ ਚੱਲਦਾ ਉਹ 'ਚ ਲਾ ਲਿਆ ਤੁਰਿਆ ਵਿਆ ਨੂੰ ਮੂੰਹ ਚੁੱਕ ਕੇ ਤੇ ਫਿਰ ਮੈਂ ਉਹਦੇ ਵੱਲ ਗਿਆ ਕਹਿੰਦਾ ਨਹੀਂ ਨਹੀਂ ਮੈਂ ਫਿਕਸ ਕਰ ਲਿਆ ਮੈਂ ਕਿਹਾ ਫਿਕਸ ਤੂੰ ਕਾਹਦਾ ਕੀਤਾ ਤਾਰ ਹੀ ਚੇਂਜ ਕਰਨਾ ਪੋਰਟ ਹੀ ਚੇਂਜ ਕਰਨਾ ਚਲੋ ਦੇਖਦੇ ਹੁਣ ਇੱਥੋਂ ਕਿੰਨੇ ਵਜੇ ਡਨ ਹੁੰਦੇ ਆ ਤੇ ਡਨ ਹੋ ਕੇ ਤੇ ਫਿਰ ਅਗਲੀ ਪਿਕਅਪ ਵੱਲ ਜਾਓ ਵੀ ਆਪਣਾ ਲੋਡ ਹੋ ਗਿਆ ਡਨ ਤੇ ਹੁਣ ਇੱਥੇ ਲਾਈਨ ਲੱਗੀ ਪਈ ਆ ਕਿ ਟਰੱਕ ਕਿੱਦਾਂ ਬਾਹਰ ਕੱਢਣੇ ਆ ਤੇ ਮੇਰਾ ਇਰਾਦਾ ਮੈਂ ਪਹਿਲਾਂ ਟ੍ਰੇਲਰ ਦਾ ਡੋਰ ਹੀ ਬੰਦ ਕਰ ਆਉਣਾ ਬਾਕੀ ਗੱਲਾਂ ਬਾਅਦ ਦੇਖਦੇ ਹਾਂ ਚਲੋ ਵੀ ਆ ਜਾਓ ਸਿਕਿਓਰ ਕੀਤਾ ਹੋਵੇ ਤਾਂ ਵਧੀਆ ਸਿਕਿਓਰ ਨਹੀਂ ਕੀਤਾ ਉਹਨੇ ਚੱਲ ਇੱਕ ਪੈਲਟ ਹੀ ਆਪਾਂ ਇੱਦਾਂ ਖਿੱਚ ਕੇ ਲੈ ਜਾਣਾ ਜਿੰਨਾ ਤੱਕ ਟਰੱਕ ਟਰੁੱਕ ਇੱਥੋਂ ਮੂਵ ਹੁੰਦੇ ਆ ਉਹਨਾਂ ਤੱਕ ਆਪਾਂ ਆਪਣਾ ਚਾਰਜਰ ਫੜ ਲਈਏ ਐਵੇਂ ਕਾਲਾ ਨਾਲ ਨਾ ਲੈ ਜੇ ਲਓ ਵੀ ਪਤੰਦਰ ਆਪੇ ਹੀ ਆ ਗਿਆ ਸੀ ਮੈਨੂੰ ਕਹਿੰਦਾ ਥੈਂਕ ਯੂ ਸੋ ਮੱਚ ਹੋ ਜਾਂਦਾ ਥੈਂਕ ਯੂ ਤੇਰਾ ਵੀ ਭਰਾ ਤੂੰ ਆਪਣਾ ਟਰੱਕ ਮੂਵ ਕੀਤਾ ਤੇ ਹੁਣ ਇੱਧਰੋਂ ਨਹੀਂ ਪਤਾ ਕਦੋਂ ਮੂਵ ਹੋਣਗੇ ਪੂਰਾ ਡੇਢ ਘੰਟਾ ਪਹਿਲਾਂ ਪਹੁੰਚ ਗਏ ਇੱਥੇ ਇਹ ਸਾਰੀ ਮਿਹਰਬਾਨੀ ਆ ਜਿਹੜੀਆਂ ਪਹਿਲੀਆਂ ਦੋ ਪਿਕ ਭਾਈਆਂ ਉਹਨਾਂ ਦੀ ਮਿਹਰਬਾਨੀ ਆ ਕਿ ਆਪਾਂ ਨੂੰ ਛੇਤੀ ਛੇਤੀ ਵਿਹਲਾ ਕਰਤਾ ਅਤੇ ਹੁਣ ਬਸ ਆਪਾਂ ਇੱਥੋਂ ਲੋਡ ਚੱਕਣਾ ਇੱਕ ਘੰਟਾ ਬਾਅਦ ਕਹਿੰਦਾ ਆਵੀਂ ਕਹਿੰਦਾ ਸ਼ਿਪਿੰਗ ਆਫਿਸ 'ਚ ਗਿਆ ਸੀਗਾ ਮੈਂ ਅਤੇ ਕਹਿੰਦਾ ਇੱਕ ਘੰਟੇ ਬਾਅਦ ਆ ਕੇ ਚੈੱਕ ਇਨ ਕਰ ਲਈ ਅਤੇ ਨਾਲ ਹੀ ਡੋਗ 'ਤੇ ਲਵਾ ਦੇਣਗੇ ਇੱਥੇ ਕੋਈ ਰਸ਼ ਵੀ ਨਹੀਂ ਲੱਗਦਾ ਮੈਨੂੰ ਐਂ ਬਿਲਕੁਲ ਖਾਲੀ ਪਿਆ ਅਤੇ ਇਕੱਲੇ ਟ੍ਰੇਲਰ ਡਰੋਪ ਕੀਤੇ ਆ ਸਾਰੇ ਇੱਥੇ ਕੋਈ ਲਾਈਵ ਲੋਡਿੰਗ ਅਨਲੋਡਿੰਗ ਵਾਲਾ ਸਿਸਟਮ ਹੈ ਨਹੀਂ ਹੈ ਲੱਗਦਾ ਇਹਨਾਂ ਦਾ ਅਤੇ ਆਪਾਂ ਹੀ ਇਕੱਲੀ ਲਾਈਵ ਲੋਡਿੰਗ ਕਰਾ ਕੇ ਜਾਣੀ ਆ ਅਤੇ ਉਹ ਤੁਹਾਨੂੰ ਦਿਖਾਉਂਦਾ ਮੈਂ ਦੇਖ ਸਕਦੇ ਤੁਸੀਂ ਉਹ ਇਕੱਲਾ ਇੱਕ ਉਹ ਟਰੱਕ ਲੱਗਾ ਮੈਨੂੰ ਲੱਗਦਾ ਉਹ ਵੀ ਡਰੋਪ ਕਰਕੇ ਹੀ ਜਾਊਗਾ ਜੇ ਗਿਆ ਤਾਂ ਅਤੇ ਬਾਕੀ ਆਪਣੇ ਵਾਲਾ ਵਾ ਇਕੱਲਾ ਸ਼ੇਰ ਇੱਧਰ ਬੁੱਕਦਾ ਅਤੇ ਮੌਸਮ ਐਡਾ ਘੈਂਟ ਹੋਇਆ ਪਿਆ ਨਾ ਨਜ਼ਾਰਾ ਲੱਗਾ ਪਿਆ ਪੂਰਾ ਐਂ ਸਾਰੀਆਂ ਪਾਰਕਿੰਗ ਸਪੋਰਟਸ ਖਾਲੀ ਆ ਸਾਰਾ ਕੁਝ ਵਿਹਲਾ ਅਤੇ ਦੂਜੀ ਗੱਲ ਆਪਣੀ ਵਧੀਆ ਗੱਲ ਆਪਣੇ ਲਈ ਇਹ ਹੈ ਕਿ ਆਪਣਾ ਜਿਹੜਾ ਰੀਫਰ ਜਿਹੜਾ ਆਉਣ ਨਹੀਂ ਹੈਗਾ ਇਹ ਬੰਦ ਹੈਗਾ ਕਿਉਂਕਿ ਇਹ ਡਰਾਈ ਦਾ ਲੋਡ ਆ ਅਤੇ ਆਪਾਂ ਨੂੰ ਨੀਂਦ ਵਧੀਆ ਆਊਗੀ ਰਾਤ ਨੂੰ ਜਦੋਂ ਆਪਾਂ ਲਾ ਕੇ ਸੋਣਾ ਅਤੇ ਬਾਕੀ ਦੀ ਗੱਲਬਾਤ ਆਪਾਂ ਕਰਦੇ ਹਾਂ ਜਦੋਂ ਬੈਕ ਲਾਉਣਾ ਆਪਾਂ ਅਤੇ ਇੱਕ ਕੰਮ ਆਪਾਂ ਕਰਨਾ ਕਿ ਜਿਹੜੀ ਲੋਡ ਬਾਰ ਆ ਜਿਹੜੀ ਲੱਗੀ ਸੀ ਆਪਾਂ ਸਵੇਰੇ ਜਿਹੜੀ ਲਾਈ ਸੀ ਉਹਨੂੰ ਉੱਥੋਂ ਕੱਢਣਾ ਆਪਾਂ ਕੱਢ ਕੇ ਅਤੇ ਆਪਾਂ ਸਾਈਡ 'ਤੇ ਰੱਖਣਾ ਕਿਉਂਕਿ ਉਹ ਐਂਡ 'ਤੇ ਲੋਡ ਪੈਣੀ ਆ ਪੈਲਟਾਂ ਜ਼ਿਆਦੀਆਂ ਉੱਚੀਆਂ ਨਹੀਂ ਆ ਬਾਕੀ ਮੈਂ ਤੁਹਾਨੂੰ ਸਮਝਾਉਂਦਾ ਜਦੋਂ ਆਪਾਂ ਬੈਕ ਲਾਉਣ ਲੱਗੇ ਬਾਕੀ ਉਦੋਂ ਡਿਟੇਲ ਦਊਂਗਾ ਸਰ ਕਿ ਆਪਣੇ ਉਹ ਲੋਡ ਬਾਰ ਕਿਹੜੇ ਕੰਮ ਆਊਗੀ ਉਹ ਗੋਲ ਵਾਲੀ ਜਿਹੜੀ ਲੋਡ ਬਾਰ ਆ ਨਾ ਉਹ ਬੜੇ ਕੰਮ ਦੀ ਹੁੰਦੀ ਹੈ ਚੀਜ਼ ਅਤੇ ਕੋਈ ਨਾ ਤੁਹਾਨੂੰ ਜਦੋਂ ਆਪਾਂ ਜਦੋਂ ਹੁਣ ਬੈਕ ਲਾਵਾਂਗੇ ਉਦੋਂ ਸਾਰੀ ਡਿਟੇਲ ਉਹਦੇ ਬਾਰੇ ਦੱਸੂੰਗਾ ਤੁਹਾਨੂੰ ਜਿਹੜੀ ਆਹ ਵਾਲੀ ਲੋਡ ਬਾਰ ਹੁੰਦੀ ਨਾ ਇਹਨੇ ਬਸ ਕਿੱਲੀਆਂ ਚੜਨਾ ਵਾ ਇਹਦੇ ਵਾਸਤੇ ਪੈਲਟਾਂ ਵੱਡੀਆਂ ਚਾਹੀਦੀਆਂ ਵਾ ਅਤੇ ਪਰ ਜਿਹੜੀ ਉਹ ਗੋਲ ਵਾਲੀ ਆ ਹੈ ਨਾ ਉਹ ਆਪਾਂ ਜਿੱਦਾਂ ਮਰਜ਼ੀ ਲੋਕ ਲਾ ਸਕਦੇ ਹਾਂ ਉਹਦੇ ਆਸਰੇ ਇਹਦੇ ਆਸਰੇ ਲੱਗ ਜਾਂਦੀ ਆ ਠੀਕ ਆ ਅਤੇ ਇਹਦੇ ਆਸਰੇ ਆਪਾਂ ਕਰ ਸਕਦੇ ਹਾਂ ਅਤੇ ਬਟ ਜਿਹੜੀ ਉਹ ਵਾ ਉਹਨੇ ਸਿਰਫ ਅੜਨਾ ਹੀ ਆ ਉਹਨਾਂ ਦੇ ਵਿੱਚ ਇਹ ਰੀਜ਼ਨ ਸੀਗਾ ਜਿਹਦੇ ਕਰਕੇ ਮੈਂ ਆਹ ਚੱਕ ਕੇ ਪਿੱਛੇ ਰੱਖਣੀ ਆ ਜਿਹਨਾਂ ਨੇ ਦੂਜੀ ਆਹ ਰੱਖੀ ਦੂਜੀ ਲੋਕੇਸ਼ਨ ਤੋਂ ਪਿਕਅਪ ਕੀਤੀ ਇੰਨੇ ਮੂਰਖ ਬੰਦੇ ਆ ਨਾ ਕਿ ਇਹਨੂੰ ਖੋਲ ਲਓ ਇਹਨੂੰ ਖੋਲ ਕੇ ਤੁਸੀਂ ਅੱਗੇ ਰੱਖ ਦਿਓ ਬਟ ਕੀ ਕਹਿ ਸਕਦੇ ਹਾਂ ਇੱਦਾਂ ਦੇ ਲੋਕ ਵੀ ਹੈਗੇ ਆ ਇੱਥੇ ਚਲੋ ਕੋਈ ਨਾ ਇਹਨੂੰ ਮੈਂ ਚੱਕ ਕੇ ਲੋਡ ਬਾਰ ਨੂੰ ਪਿੱਛੇ ਰੱਖਦਾ ਅਤੇ ਇਹਨਾਂ ਨੂੰ ਮੈਨੂੰ ਲੱਗਦਾ ਇਹਨਾਂ ਨੇ ਵੀ ਛੇਤੀ ਲੋਡ ਕਰ ਦੇਣਾ ਡਰਾਈ ਦਾ ਹੀ ਲੋਡ ਆ ਡਰਾਈ ਲੋਡ ਆ ਕੋਈ ਰੀਫਰ ਨਹੀਂ ਚਲਾਉਣਾ ਪੈਣਾ ਇਹਨੂੰ ਹੁਣ ਉਮੀਦ ਆ ਕਿ ਪੁਸ਼ ਕਰਕੇ ਅੱਗੇ ਕਰ ਦੇਣਗੇ ਅਤੇ ਲੋਡ ਕਰ ਦੇਣਗੇ ਟਾਈਮ ਨਾਲ ਇਹ ਆਪਣੀ ਤੀਸਰੀ ਪਿਕਅਪ ਆ ਅਤੇ ਉਮੀਦ ਕਰਦਾ ਕਿ ਛੇਤੀ ਕਰ ਦੇਣਗੇ ਲੋਡ ਅਤੇ ਫਿਰ ਇੱਥੋਂ ਨਿਕਲਣ ਵਾਲੇ ਬਣੀਏ ਦੇਖਿਆ ਜਿੱਦਾਂ ਨਾ ਕਿ ਕਈ ਮੂਰਖ ਲੋਕ ਹੁੰਦੇ ਆ ਕਿ ਤੁਸੀਂ ਲੋਡ ਬਾਰ ਲਾ ਲਓ ਹੈ ਨਾ ਲੋਡ ਬਾਰ ਲਾਉਣ ਜੋਗੀ ਹਿੰਮਤ ਨਹੀਂ ਹੈਗੀ ਉਹਨਾਂ ਦੇ ਵਿੱਚ ਕਿ ਹਾਂ ਵੀ ਲੋਡ ਬਾਰ ਤੁਸੀਂ ਉੱਥੇ ਲਾ ਕੇ ਅਤੇ ਫਿਰ ਆਪਣੀ ਪੈਲਟ ਰੱਖ ਦਿਓ ਹੈ ਨਾ ਅਤੇ ਉੱਥੇ ਰਿਸੈਪਸ਼ਨ ਦੇ ਉੱਤੇ ਤਾਂ ਪੰਜਾਬੀ ਸੀਗੇ ਜਿੱਥੇ ਮੈਂ ਚੈੱਕ ਇਨ ਕਰਿਆ ਸੀ
ਉਮੀਦ ਆ ਕਿ ਅੰਦਰ ਵੀ ਪੰਜਾਬੀ ਲੱਗੇ ਹੋਣੇ ਆ। ਫਿਰ ਹੁਣ ਇੱਥੋਂ ਜਿਹੜਾ ਪਿਕਅਪ ਹੁੰਦੀ ਆ ਨਾ, ਪਿਕਅਪ ਹੋ ਗਏ ਜਦੋਂ ਡਨ ਹੋ ਗਈ, ਇੱਥੋਂ ਨਿਕਲ ਜਾਣਾ ਫਿਰ ਨਿਊ ਬ੍ਰੰਜ਼ਵਿਕ ਨੂੰ। ਤੇ ਉਮੀਦ ਆ ਕਿ ਕੱਲ ਸ਼ਾਮ ਤੱਕ 5-6 ਵਜੇ ਤੱਕ ਮੈਂ ਪਹੁੰਚ ਜਾ ਨਿਊ ਬ੍ਰੰਜ਼ਵਿਕ। ਤੇ ਆਹ ਵਲੌਗ ਜ਼ਿਆਦਾ ਲੰਬਾ ਹੋਈ ਜਾ ਰਿਹਾ, ਇਹਦੇ ਵਿੱਚ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਇੰਜਨ ਬ੍ਰੇਕ ਦਾ ਕੀ ਕੰਮ ਹੁੰਦਾ ਹਨਾ, ਉਹ ਤੇ ਆਪਾਂ ਇੱਕ 3 ਪਿਕਅਪਾਂ ਕਰਨੀਆਂ ਸੀਗੀਆਂ, 3rd ਪਿਕਅਪ ਤੇ ਆ ਗਏ ਹਾਂ। ਜਿਹੜਾ ਅੱਗੇ ਦਾ ਸਫ਼ਰ ਹੋਊਗਾ ਨਿਊ ਬ੍ਰੰਜ਼ਵਿਕ ਦਾ, ਉਹ ਮੈਂ ਇਸ ਤੋਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸੂੰਗਾ। ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ, ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਈ ਹੋਊਗੀ। ਤੇ ਬਾਕੀ ਮੈਂ ਜਿਹੜੇ ਚੈਨਲ ਦਾ ਨਾਮ ਲਿਆ ਸੀਗਾ ਲਾਈਫ ਵਿਦ ਸੰਧੂ, ਉਹ ਜ਼ਰੂਰ ਤੁਸੀਂ ਸਬਸਕ੍ਰਾਈਬ ਕਰ ਲੈਣਾ, ਉਸ ਦੇ ਉੱਤੇ ਮੇਰੀ ਇੰਟਰਵਿਊ ਪਈ ਆ, ਨਾਲੇ ਉਹ ਵੀ ਦੇਖ ਲੈਣਾ ਕਿੱਦਾਂ ਲੱਗੀਆਂ ਗੱਲਾਂ ਬਾਤਾਂ। ਤੇ ਬਾਕੀ ਏਦਾਂ ਹੀ ਬਸ ਪਿਆਰ ਦਿੰਦੇ ਰਹੋ ਵਲੌਗਸ ਨੂੰ, ਤੇ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਿਵੇਂ ਲੱਗਦੀ ਆ ਨਾ ਵੀਡੀਓ। ਤੇ ਜਿਨ੍ਹਾਂ ਨੇ ਅੱਜ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਤੇ ਮਿਲਦੇ ਹਾਂ ਬਹੁਤ ਜਲਦੀ ਅਗਲੀ ਕਿਸੇ ਵੀਡੀਓ ਦੇ ਵਿੱਚ, ਤਦ ਤੱਕ ਲਈ ਬਾਏ ਬਾਏ, ਟੇਕ ਕੇਅਰ।